ਹੋਰ ਜੀ ਕਿਆ ਹਾਲ ਚਾਲ ਹੈ ਘਰ ਬਾਰ? ਸਭ ਵਧੀਆ। ਆਹ ਤਾਂ ਮੀਂਹ ਨੇ ਹਨੇਰੀਆਂ ਠਾਲਤੀਆਂ, ਬਹੁਤ ਮੀਂਹ ਪਿਆ, ਦੇਖ ਬੁਰਾ ਹਾਲ ਕਰਤਾ ਲੈ, ਚਿੱਕੜੇ ਚਿੱਕੜ, ਕਿੰਨਾ ਮੀਂਹ ਨੇ ਕੰਮ ਖਰਾਬ ਕਰਤਾ। ਦੇਖੋ ਬਾਈ ਮੀਂਹ ਸਾਰਾ ਹੀ ਪਿਕ ਕਰਕੇ ਰੱਖਤਾ, ਮੀਂਹ ਨੇ ਕੰਮ ਖਰਾਬ ਲੈ, ਮੀਂਹ ਮੀਂਹ। ਚੱਲ ਇੰਨਾ ਕੁ ਤਾਂ ਹੈਗਾ, ਅੱਜ ਨਹੀਂ ਤਾਂ ਪਾਣੀ ਭਰ ਕੇ ਮੈਂ ਰੱਖਦਾ ਹੁੰਦਾ ਤਾਂ ਹੁਣ ਤਾਂ ਪਰਮਾਤਮਾ ਨੇ ਆਪੇ ਸ਼ੁੱਧ ਸਾਫ਼ ਸ਼ੁੱਧ ਪਾਣੀ ਭਰ ਕੇ ਰੱਖਤਾ। ਦੇਖ ਲਓ ਬਾਈ ਪਰਮਾਤਮਾ ਦੀ ਖੇਡ, ਜਦ ਤਾਂ ਇਹ ਸੁੱਕੇ ਤੇ ਕੁਛ ਵੀ ਨਹੀਂ ਤਾਂ ਹੈਗਾ, ਕੋਈ ਮਤਲਬ ਮੱਖੀ ਜਾਂ ਮਖਿਆਲ ਕੁਛ ਵੀ ਨਹੀਂ ਆਇਆ ਹੈਗਾ। ਇਹਦਾ ਜਦ ਪਾਣੀ ਪਾਇਆ ਹਰੇ ਭਰੇ ਹੋ ਗਏ, ਬਾਈ ਕਿੰਨੀਆਂ ਮੱਖੀਆਂ ਆ ਗਈਆਂ ਇਹਦੇ ਮੂਹਰੇ, ਕਿੰਨੀਆਂ ਮਖਿਆਲ ਦੀਆਂ ਮੱਖੀਆਂ ਆ ਗਈਆਂ ਜਾਂ ਤਰ੍ਹਾਂ ਤਰ੍ਹਾਂ ਦੀਆਂ ਬਾਈ ਆ ਗਈਆਂ। ਦੇਖ ਲਓ ਕੋਈ ਵੀ ਬਾਈ, ਕੋਈ ਵੀ ਪੰਛੀ ਆ ਜਾਂ ਜੀਵ ਜੰਤੂ, ਕੋਈ ਵੀ ਬਾਈ ਹਰਿਆਲੀ ਕਨੀ ਨੂੰ ਭੱਜਦਾ, ਕੋਈ ਵੀ ਬੰਦਾ ਜੇ ਮੈਂ ਆ ਤੂੰ ਆ ਬਾਈ ਉਹਦੇ ਕਨੀ ਭੱਜਦਾ। ਦੇਖ ਲਓ ਜੀ, ਆ ਤਾਂ ਮੀਂਹ ਨੇ ਬਹੁਤ ਕੰਮ ਚੱਕਤਾ, ਬਹੁਤ ਜ਼ਿਆਦਾ ਖਰਾਬ ਕਰਤਾ। ਇੰਨਾ ਮੀਂਹ ਪਿਆ ਹੱਦੋਂ ਵੱਧ, ਹਨੇਰੀ ਠਾਲ ਕੇ ਰੱਖਤੀ ਬਾਈ। ਤੁਹਾਡੇ ਉੱਧਰ ਵੀ ਆਇਆ ਹੋਣਾ ਮੀਂਹ, ਵੈਸੇ ਇਹ ਮੀਂਹ 'ਤੇ ਬਾਈ ਇੱਕ ਚੀਜ਼ ਤਾਂ ਮੈਂ ਦੇਖੀ ਆ, ਕਈ ਲੋਕ ਇਸ ਮੀਂਹ ਨੂੰ ਇੰਜੋਏ ਕਰਦੇ ਆ, ਮਤਲਬ ਵੀ ਮੀਂਹ ਪੈਂਦਾ ਵਧੀਆ, ਪੈਣਾ ਚਾਹੀਦਾ, ਵਧੀਆ ਗੱਲ ਆ। ਮੀਂਹ ਬਿਨਾਂ ਫਸਲਾਂ ਨਹੀਂ, ਮੀਂਹ ਬਿਨਾਂ ਬਾਈ ਜ਼ਿੰਦਗੀ ਨਹੀਂ, ਮੀਂਹ ਬਿਨਾਂ ਕੁਛ ਨਹੀਂ ਹੈਗਾ। ਪਰ ਇੱਕ ਚੀਜ਼, ਇੱਕ ਪੱਖ ਹੋਰ ਹੀ ਪਿਆ ਬਾਈ, ਲੋਕ ਕਈ ਮੀਂਹ ਦਾ ਇੰਜੋਏ ਕਰਦੇ ਆ, ਮੀਂਹ ਨੂੰ ਮਤਲਬ ਆਪਣੇ ਆਪਣੇ ਢੰਗ ਨਾਲ ਕਈ ਵਾਰ ਮਨਾਉਂਦੇ ਆ। ਅੱਜ ਮੈਂ ਨਾ ਬਾਈ ਸਾਡੇ ਇੱਥੇ ਲਾਗ ਸ਼ਹਿਰ ਹੈ ਇੱਕ ਉੱਚਾ ਪਿੰਡ, ਉੱਥੇ ਨਾ ਬਾਈ ਗੱਡੀ ਵਾਲੇ ਆ, ਮਤਲਬ ਜਿਹੜੇ ਗੱਡੀ ਵਾਲੇ ਨਹੀਂ ਹੁੰਦੇ, ਜਿਹੜੇ ਝੌਂਪੜੀਆਂ 'ਚ ਰਹਿੰਦੇ ਆ ਬਾਈ, ਉੱਥੇ ਗਿਆ ਮੈਂ। ਉੱਥੇ ਜਦ ਮੈਂ ਮੀਂਹ ਪੈਣ ਲੱਗ ਗਿਆ, ਮੈਂ ਸਾਈਡ ਪਰ ਜਾ ਕੇ ਖੜ੍ਹ ਗਿਆ ਯਾਰ। ਮੈਂ ਉੱਥੇ ਜਾ ਕੇ ਇੱਕ ਚੀਜ਼ ਨੋਟ ਕਰੀ ਆ ਬਾਈ, ਮੈਂ ਯਾਰ ਇਹ ਬੰਦਿਆਂ ਨੂੰ ਯਾਰ ਮੀਂਹ ਦੀ ਖੁਸ਼ੀ ਆ ਕਿ ਗਮੀ ਆ ਯਾਰ? ਉਹਨਾਂ ਦਾ ਮਤਲਬ ਇੱਕ ਝੁੰਗੀ ਦੇ ਵਿੱਚ ਸਾਰਾ ਕੁਛ ਇਕੱਠਾ, ਮੀਂਹ ਸਾਈਡਾਂ ਪਰ ਪਾਣੀ ਭਰਿਆ ਵਾ, ਬੁਰੇ ਹਾਲ ਬਾਈ ਸਾਰਾ ਹੀ ਥੱਲੇ, ਮਤਲਬ ਜਿੱਥੇ ਉਹ ਰਹਿਣ ਲੱਗੇ ਪਏ ਅਤੇ ਮਿੱਟੀ ਪਾਣੀ ਨਾਲ ਸਾਰਾ ਭਰ ਗਿਆ ਝੁੰਗੀਆਂ ਦੇ ਵਿੱਚ ਸਾਰਾ ਪਾਣੀ। ਤਾਂ ਵਿਚਾਰਿਆਂ ਨੇ ਮੰਜੇ ਉੱਪਰ ਰੱਖ ਰੱਖ ਕੇ ਪਤਾ ਨਹੀਂ ਕਿੱਕਣਾ ਬਾਈ ਬੈਠੇ ਅਤੇ ਕਿੱਕਣਾ ਕਿਆ ਕਰਦੇ। ਤਾਂ ਮੈਂ ਇਹੀ ਸੋਚੀ ਗਿਆ ਵੀ ਯਾਰ ਜਦ ਹੁਣ ਇੰਨਾ ਮੀਂਹ ਪੈ ਰਿਹਾ, ਇੰਨਾ ਪਾਣੀ ਆ ਗਿਆ, ਇਹ ਵਿਚਾਰੇ ਰੋਟੀ ਪਾਣੀ ਕਿੱਥੇ 'ਤੇ ਬਣਨਗੇ, ਕਿੱਥੇ 'ਤੇ ਕਿਆ ਕਰਨਗੇ, ਕਿੱਥੇ 'ਤੇ ਕਿਆ ਨਹੀਂ ਕਰਨਗੇ। ਇਹ ਚੀਜ਼ਾਂ ਵੀ ਬਾਈ ਤੁਸੀਂ ਵੀ ਸੋਚੇ ਕਰੋ ਯਾਰ। ਆਪਾਂ ਨੇ ਯਾਰ ਮੀਂਹ ਦਾ ਇੱਕ ਪੱਖ ਦੇਖ ਲੈਂਦੇ ਹਾਂ ਵੀ ਚੱਲ ਵਧੀਆ ਗੱਲ ਆ, ਵਧੀਆ ਯਾਰ, ਕੁਦਰਤ ਦੇ ਬਾਈ ਰੰਗ ਆ ਯਾਰ, ਉਹਨੂੰ ਕੌਣ ਉਹ ਕਰ ਸਕਦਾ, ਨਾ ਤੇਰੇ ਹੱਥ 'ਚ ਨਾ ਮੇਰੇ ਹੱਥ 'ਚ। ਪਰ ਯਾਰ ਉੱਥੇ ਜਾ ਕੇ ਮੈਂ ਨਾ ਇੱਕ ਚੀਜ਼ ਫੀਲ ਕਰੀ ਆ ਵੀ ਆਪਣੇ ਦਿਮਾਗ ਦੇ ਵਿੱਚ ਕਈ ਵਾਰ ਇਹ ਗੱਲ ਚੜ੍ਹ ਜਾਂਦੀ ਹੈ, ਦਿਮਾਗ ਦੇ ਵਿੱਚ ਕਈ ਵਾਰ ਇਹ ਗੱਲਾਂ ਆ ਜਾਂਦੀਆਂ ਵੀ ਯਾਰ ਮੇਰੇ ਕੋਲ ਕੁਛ ਨਹੀਂ ਹੈਗਾ, ਮੈਂ ਆਏ ਨਹੀਂ, ਮੈਂ ਵੋ ਨਹੀਂ। ਪਰ ਮੇਰੇ ਉੱਥੇ ਨਾ ਜਾ ਕੇ ਇੱਕ ਦਿਲ ਨੂੰ ਸਕੂਨ ਜਿਹਾ ਮਿਲਿਆ ਵੀ ਚੱਲ ਪਰਮਾਤਮਾ ਨੇ ਤੈਨੂੰ ਪੱਕੇ ਘਰ 'ਚ ਤਾਂ ਰੱਖਿਆ ਵਾ, ਤੂੰ ਸੁੱਕੇ 'ਚ ਤਾਂ ਬੈਠਾ, ਤੂੰ ਮੀਂਹ ਗਿਣੀ ਦੀ ਤੈਨੂੰ ਕੋਈ ਟੈਨਸ਼ਨ ਤਾਂ ਨਹੀਂ ਹੈਗੀ, ਕੋਈ ਉਹ ਚੱਕਰਬਾਜ਼ੀ ਤਾਂ ਨਹੀਂ ਹੈਗੀ ਵੀ ਹਾਂ ਯਾਰ ਜੇ ਮੀਂਹ ਆ ਗਿਆ ਮੈਂ ਕਿਆ ਕਰੂੰਗਾ ਕਿਆ ਨਹੀਂ ਕਰੂੰਗਾ, ਵੀ ਇੰਨੇ ਤਾਂ ਤੇਰੇ ਅੰਦਰ ਪਰਮਾਤਮਾ ਨੇ ਦਿੱਤਾ ਵਾ। ਉਸ ਟਾਈਮ ਬਾਈ ਮੇਰਾ ਮਨ ਭਰਿਆ, ਉਸ ਟਾਈਮ ਮੈਨੂੰ ਆਪਣੇ ਆਪਣੇ ਇੰਨੀ ਕੁ ਉਹ ਹੋਇਆ, ਮਾਣ ਹੋਇਆ, ਮੈਂ ਕਿਹਾ ਵੀ ਪਰਮਾਤਮਾ ਜੋ ਵੀ ਕਰਦਾ ਨਾ ਚੰਗੇ ਖਤਰੇ ਕਰਦਾ, ਜੋ ਵੀ ਪਰਮਾਤਮਾ ਕਰਦਾ ਬਾਈ ਉਹਦੇ ਰਜ਼ਾ ਦੇ ਵਿੱਚ ਹਮੇਸ਼ਾ ਬੰਦੇ ਨੂੰ ਰਾਜ਼ੀ ਰਹਿਣਾ ਚਾਹੀਦਾ। ਅਤੇ ਹਾਂ ਬਾਈ, ਹੱਥ ਮੰਨ ਕੇ ਰਿਕੁਐਸਟ ਆ, ਜੇ ਤੁਹਾਡੇ ਵੀ ਪਿੰਡਾਂ ਦੇ ਵਿੱਚ ਜਾਂ ਲਾਗ ਲਾਉਣੇ ਕਿਤੇ ਵੀ ਤੁਹਾਨੂੰ ਲੱਗਦਾ ਨਾ ਵੀ ਯਾਰ ਕੋਈ ਇੱਦਾਂ ਦੇ ਘਰ ਆ ਜਾਂ ਫਿਰ ਕੋਈ ਇੱਦਾਂ ਦੇ ਬੰਦੇ ਹੈਗੇ ਆ, ਬਾਈ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੇ ਕਰੋ। ਜਿੰਨੀ ਤੁਸੀਂ ਮਦਦ ਕਰੋਗੇ ਬਾਈ ਉਨਾ ਚੰਗਾ, ਕਿਉਂਕਿ ਦੇਣ ਨਾਲ ਕਹਿੰਦੇ ਕਦੇ ਘੱਟਦਾ ਨਹੀਂ ਹੁੰਦਾ, ਦੇਣ ਨਾਲ ਵੱਧਦਾ ਹੀ ਹੁੰਦਾ। ਠੀਕ ਹੈ, ਉਹਨਾਂ ਦੀ ਮਦਦ ਕਰੂੰਗੇ ਬਾਈ, ਤੁਹਾਡੇ ਆਪਣੇ ਮਨ ਨੂੰ ਦਿਲ ਨੂੰ ਸਕੂਨ ਆਊਗਾ ਵੀ ਹਾਂ ਆਪਾਂ ਨੇ ਕਿਸੇ ਨਾ ਕਿਸੇ ਦੀ ਮਦਦ ਕਰੀ ਆ। ਦੇਖੋ ਆਪਾਂ ਨੇ ਕਿਸੇ ਦੀ ਮਦਦ ਕਰੂੰਗੇ, ਪਰਮਾਤਮਾ ਆਪਣੀ ਮਦਦ ਕਰੂੰਗਾ। ਠੀਕ ਹੈ, ਆਪਾਂ ਨੇ ਕਿਸੇ ਬਾਰੇ ਮਾੜਾ ਕਰੂੰਗੇ ਬਾਈ, ਸਭ ਨਾਲੋਂ ਪਹਿਲਾਂ ਮਾੜਾ ਆਪਣਾ ਹੁੰਦਾ। ਕਹਾਵਤਾਂ ਸਿਆਣੇ ਸੱਚੀਆਂ ਵੀ ਆਪਾਂ ਨੇ ਕਿਸੇ ਬਾਰੇ ਮਾੜਾ ਕਹਿੰਦੇ ਹਾਂ ਨਾ, ਪਹਿਲਾਂ ਆਪਣਾ ਮਾੜਾ ਹੁੰਦਾ, ਤਾਂ ਕਰਕੇ ਕਹਿੰਦਾ ਬਾਈ ਕਿਸੇ ਦਾ ਚੰਗਾ ਕਰੂੰਗੇ ਪਹਿਲਾਂ ਆਪਣਾ ਚੰਗਾ ਹੋਊਗਾ। ਇਹ ਚੀਜ਼ਾਂ ਬਾਈ ਛੋਟੀਆਂ ਛੋਟੀਆਂ ਆਪਣੀ ਜ਼ਿੰਦਗੀ ਦੇ ਵਿੱਚ ਨਾ
ਹੁਣ ਅਲੋਪ ਜਿਹੇ ਹੋ ਰਹੀਆਂ, ਮਤਲਬ ਲੋਕ ਇੰਨੇ ਫਾਸਟ ਹੋ ਗਏ, ਇੰਨੀ ਜ਼ਿੰਦਗੀ ਆਪਣੀ ਫਾਸਟ ਹੋ ਗਈ, ਟੈਕਨੋਲੋਜੀ ਲਾ ਲਾ ਬਾਈ, ਕੰਮਾਂ ਕਾਰ ਲਾ ਲਾ, ਕੋਈ ਵੀ ਚੀਜ਼ ਨਾਲ ਲਾ ਲਾ, ਆਪਾਂ ਨੇ ਇਹ ਚੀਜ਼ਾਂ ਨੂੰ ਭੁੱਲਦੇ ਜਾਂਦੇ ਹਾਂ, ਇਹ ਚੀਜ਼ਾਂ ਛੱਡਦੇ ਜਾਂਦੇ ਹਾਂ। ਪਰ ਬਾਈ ਇਹ ਟੈਕਨੋਲੋਜੀ ਬੇਸ਼ੱਕ ਫਾਸਟ ਆ, ਜ਼ਿੰਦਗੀ ਬੇਸ਼ੱਕ ਫਾਸਟ ਹੋ ਗਈ, ਪਰ ਇਹ ਚੀਜ਼ਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਾਈ ਅਪਣਾਓ, ਇਹ ਚੀਜ਼ਾਂ ਬਿਨਾਂ ਜ਼ਿੰਦਗੀ ਨਹੀਂ ਬਾਈ। ਛੋਟੀ ਛੋਟੀਆਂ ਜਿੰਦੇ ਚੀਜ਼ਾਂ ਨਾ ਬਹੁਤ ਵਧੀਆ ਵਧੀਆ ਟੱਚ ਦਿੰਦੀਆਂ, ਕਈ ਵਾਰ ਕਹਿੰਦੇ ਛੋਟੀ ਛੋਟੀ ਖੁਸ਼ੀ ਨਾ ਬੜੀਆਂ ਬੜੀਆਂ ਖੁਸ਼ੀਆਂ ਦੇ ਦਿੰਦੇ ਆ, ਛੋਟੇ ਛੋਟੇ ਦੁੱਖ ਬਹੁਤ ਬੜੇ ਬੜੇ ਦਿੰਦੇ। ਇਹ ਚੀਜ਼ਾਂ ਦਾ ਵੀ ਬਾਈ ਸੋਚਿਆ ਕਰੋ, ਧਿਆਨ ਰੱਖਿਆ ਕਰੋ। ਅਤੇ ਬਾਕੀ ਹਾਂ ਬਾਈ, ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗਦੀਆਂ ਤਾਂ ਬਾਈ ਮੇਰੇ ਚੈਨਲ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਅਤੇ ਬਾਕੀ ਕੱਲ੍ਹ ਨੂੰ ਇੱਕ ਹੋਰ ਨਵੇਂ ਬਲੌਗ 'ਤੇ ਹੋਰ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਊਂਗਾ। ਜਦ ਤੱਕ ਵੀਰੇ